ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 25 ਅਗਸਤ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇਕ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਏ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਹੋਈ ਅੰਡਰ 18 ਚੈਂਪੀਅਨਸ਼ਿਪ ਵਿੱਚ ਭਾਰਤੀ ਪੁਰਸ਼ ਵਾਲੀਬॉल ਟੀਮ ਨੇ ਕਿਹੜਾ ਮੈਡਲ ਜਿੱਤਿਆ ਹਾਂਜੀ ਅੰਡਰ 18 ਚੈਂਪੀਅਨਸ਼ਿਪ ਵਿੱਚ ਭਾਰਤੀ ਪੁਰਸ਼ ਵਾਲੀਬॉल ਟੀਮ ਨੇ ਬ੍ਰਾਊਂਜ਼ ਮੈਡਲ ਦਿੱਤੇ ਆ ਯਾਨੀ ਕਿ ਕਾਂਸੀ ਦਾ ਮੈਡਲ ਜਿੱਤੇ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਤੇ ਅੰਡਰ 18 ਚੈਂਪੀਅਨਸ਼ਿਪ ਇਸ ਵਾਰ ਹੋ ਕਿੱਥੇ ਰਹੀ ਆ ਦਹਿਰਾਨ ਦੇ ਵਿੱਚ ਠੀਕ ਹੈ ਤੇ ਕਿੰਨਵੀਂ ਹੋ ਰਹੀ ਆ 14th 14ਵੀਂ ਏਸ਼ੀਅਨ ਅੰਡਰ ਚੈਂਪੀਅਨਸ਼ਿਪ ਇਸ ਵਾਰ ਦਹਿਰਾਨ ਦੇ ਵਿੱਚ ਹੋਈ ਆ ਤੇ ਜਿਸ ਦੇ ਵਿੱਚ ਉਹ ਭਾਰਤੀ ਪੁਰਸ਼ ਵਾਲੀਬॉल ਟੀਮ ਨੇ ਬ੍ਰਾਊਂਜ਼ ਮੈਡਲ ਦਿੱਤੇ ਆ ਨੈਕਸਟ ਕੁਐਸਚਨ ਖੰਡ ਦੇ ਬਦਲੇ ਜ਼ਾਈਲੀਟੋਲ ਦੇ ਉਤਪਾਦਨ ਲਈ ਇੱਕ ਨਵਾਂ ਤਰੀਕਾ ਕਿਸ ਨੇ ਵਿਕਸਿਤ ਕੀਤਾ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਖੰਡ ਦੇ ਗੰਨੇ ਤੋਂ ਖੰਡ ਬਣਾਈ ਜਾਂਦੀ ਆ ਠੀਕ ਹੈ ਤੇ ਉਸ ਤੋਂ ਪਹਿਲਾਂ ਜੋ ਦਾ ਜੋ ਪ੍ਰੋਸੈਸ ਆ ਉਸ ਦੇ ਵਿੱਚੋਂ ਇੱਕ ਜ਼ਾਈਲੀਟੋਲ ਦੇ ਉਤਪਾਦਨ ਜਿਹਨੂੰ ਜ਼ਾਈਲੀਟੋਲ ਬੋਲਦੇ ਆ ਜਦੋਂ ਖੰਡ ਪੂਰੀ ਤਰ੍ਹਾਂ ਨਹੀਂ ਬਣਦੀ ਉਸ ਤੋਂ ਥੋੜਾ ਪਹਿਲਾਂ ਦਾ ਪ੍ਰੋਸੈਸ ਥੋੜੇ ਟਾਈਮ ਪਹਿਲਾਂ ਜੋ ਬਣਿਆ ਹੁੰਦਾ ਘੋਲ ਉਸ ਨੂੰ ਜ਼ਾਈਲੀਟੋਲ ਬੋਲਦੇ ਆ ਤੇ ਜ਼ਾਈਲੀਟੋਲ ਦੇ ਉਤਪਾਦਨ ਦੇ ਲਈ ਇੱਕ ਨਵਾਂ ਤਰੀਕਾ ਲੱਭਿਆ ਵਾ IIT ਗੁਹਾਟੀ ਨੇ ਕਿ ਗੰਨੇ ਤੋਂ ਖੰਡ ਬਣਦੀ ਆ ਜਦੋਂ ਗੰਨੇ ਦਾ ਇੱਕ ਮਿਕਸਚਰ ਤਿਆਰ ਕੀਤਾ ਜਾਂਦਾ ਖੰਡ ਬਣਾਉਣ ਦੇ ਲਈ ਤਾਂ ਉਹਨੂੰ ਜਦੋਂ ਉਹ ਤੋਂ ਥੋੜਾ ਜਿਹਾ 5 ਮਿੰਟ ਵਾਲਾ ਪਹਿਲਾਂ ਦਾ ਜੋ ਪੁਆਇੰਟ ਹੁੰਦਾ ਪ੍ਰੋਸੈਸ ਹੁੰਦਾ ਉਸ ਨੂੰ ਜਾਈਲੀ ਟੂਲ ਬੋਲਦੇ ਆ ਤੇ ਉਸ ਦੇ ਉਤਪਾਦਨ ਦੇ ਲਈ ਇੱਕ ਨਵਾਂ ਤਰੀਕਾ ਵਿਕਸਿਤ ਕੀਤਾ IIT ਗੁਹਾਟੀ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ IIINI ਦੇ ਡਾਇਰੈਕਟਰ ਵਜੋਂ ਕਿਸ ਨੂੰ ਅਪੁਆਇੰਂਟ ਕੀਤਾ ਗਿਆ ਹਾਂਜੀ NII ਜੈਨਕੀ ਨੈਸ਼ਨਲ ਇੰਸਟੀਚਿਊਟ ਇਮੂਨੋਲੋਜੀ ਦੇ ਡਾਇਰੈਕਟਰ ਵਜੋਂ ਅਪਾਇੰਟ ਹੋਏ ਆ ਦੇਵਾਦੀਸ ਮੁਹੰਤੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਰੀਸੈਂਟਲੀ ਜਿੰਨੀਆਂ ਵੀ ਅਪਾਇੰਟਮੈਂਟ ਹੋਈਆਂ ਨੇ ਅਸੀਂ ਉਹ ਵੀ ਰਿਵਾਈਜ਼ ਕਰ ਲੈਣੇ ਆ ਪਿਊਸ਼ ਗੋਇਲ ਨੂੰ ਨੈਟ ਗ੍ਰਿਡ ਦੇ ਸੀਈਓ ਪੁਆਇੰਟ ਕੀਤਾ ਗਿਆ ਭਾਰਤ ਪੇ ਨੇ ਨਲਿੰਨ ਨੈਗੀ ਨੂੰ ਨਵੇਂ ਸੀਐਫਓ ਨਿਯੁਕਤ ਕੀਤਾ ਇੰਦਰਮਿਤ ਗਿੱਲ ਨੂੰ ਯੂਨਿਟੀ ਸਮਾਲ ਫਾਈਨੈਂਸ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਪੁਆਇੰਟ ਕੀਤਾ ਗਿਆ सुरेश एन पटेल ने केंद्रीय विजिलेंस कमिश्नर वजो सौंप चुकी है नेक्स्ट क्वेश्चन हाल ही ਵਿੱਚ ਗੋਦਰੇਜ਼ ਐਗਰੋਵੇਟ ਨੇ ਅਸਮ ਮਨੀਪੁਰ ਅਤੇ ਕਿਸ ਦੇਸ਼ ਨਾਲ ਸਮਝੌਤਾ ਕੀਤਾ हां जी ਗੋਦਰੇਜ਼ ਐਗਰੋਵੇਟ ਨੇ ਅਸਮ ਮਨੀਪੁਰ ਅਤੇ ਤ੍ਰਿਪੁਰਾ ਦੇ ਨਾਲ ਸਮਝੌਤਾ ਕੀਤਾ ਠੀਕ ਹੈ অপਸ਼ਨ ਨੰਬਰ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤ੍ਰਿਪੁਰਾ ਤ੍ਰਿਪੁਰਾ ਦੇ ਨਾਲ ਸਮਝੌਤਾ ਕੀਤਾ ਵਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਇਹ ਸਮਝੌਤਾ ਕੀਤਾ ਕਿਉਂ ਗਿਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਪਾਮ ਜ ਪਾਮ ਤੁਸੀਂ ਸੁਣਿਆ ਹੋਣਾ ਪਾਮ ਠੀਕ ਹੈ ਪਾਮ ਆਇਲ ਦੀ ਖੇਤੀ ਦੇ ਵਿਕਾਸ ਅਤੇ ਪ੍ਰਚਾਰ ਦੇ ਲਈ ਗੋਦਰੇਜ਼ ਐਗਰੋਵੇਟ ਨੇ ਅਸਮ ਮਨੀਪੁਰ ਅਤੇ ਤ੍ਰਿਪੁਰਾ ਦੇ ਨਾਲ ਸਮਝੌਤਾ ਕੀਤਾ ਹੁਣ ਸਮਝੌਤਾ ਤ੍ਰਿਪੁਰਾ ਦੇ ਨਾਲ ਕੀਤਾ ਗਿਆ ਅਸਮ ਦੇ ਨਾਲ ਵੀ ਮਨੀਪੁਰ ਦੇ ਨਾਲ ਵੀ ਪਰ ਅਸੀਂ ਗੱਲ ਕਰ ਰਹੇ ਹਾਂ ਤ੍ਰਿਪੁਰਾ ਦੀ ਅਨਸਰ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤ੍ਰਿਪੁਰਾ ਤ੍ਰਿਪੁਰਾ ਦੀ ਕੈਪੀਟਲ ਕੀ ਆ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਮਾਨਿਕ ਸ਼ਾ ਇੱਥੋਂ ਦੇ ਗਵਰਨਰ ਆ ਸੱਤੇਦੇਵ ਨਰਾਇਣ ਆਰੀਆ ਠੀਕ ਹੈ ਭਾਰਤ ਦੇ ਤ੍ਰਿਪੁਰਾ ਰਾਜ ਦਾ ਸਭ ਤੋਂ ਜ਼ਿਆਦਾ ਭਾਗ ਜੰਗਲਾ ਅਧੀਨ ਆਏ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਤੇ ਸਦੀਆਂ ਪੁਰਾਣੀ ਕੈਰ ਪੂਜਾ ਭਾਰਤ ਦੇ ਤ੍ਰਿਪੁਰਾ ਦੇ ਵਿੱਚ ਫਿਰ ਤੋਂ ਸ਼ੁਰੂ ਹੋਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਸੈਂਟਲੀ ਬੰਗਲਾਦੇਸ਼ ਅਤੇ ਤ੍ਰਿਪੁਰਾ ਦੇ ਵਿੱਚਕਾਰ ਨਵੇਂ ਹਾਈਵੇ ਨੂੰ ਮਨਜ਼ੂਰੀ ਦਿੱਤੀ ਤ੍ਰਿਪੁਰਾ ਦੇ ਚੀਫ ਮਿਨਿਸਟਰ ਨੇ ਆਕਸੀਜਨ ਪਾਰਕ ਦਾ ਉਦਘਾਟਨ ਕੀਤਾ ਏ2 ਖੇਡੋ ਏ2 ਪੜੋ ਲਰਨਿੰਗ ਪਰ ਯੋਜਨਾ ਤ੍ਰਿਪੁਰਾ ਦੇ ਵਿੱਚ ਸ਼ੁਰੂ ਹੋਈ ਇਹਨਾਂ ਤੁਸੀਂ ਯਾਦ ਰੱਖਣਾ ਤ੍ਰਿਪੁਰਾ ਦੇ ਬਾਰੇ ਨੈਕਸਟ ਕੁਐਸਚਨ ਹਾਲ ਹੀ ਵਿੱਚ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਰੱਖਿਆ ਮੰਤਰੀਆਂ ਦੀ ਮੀਟਿੰਗ ਕਿੱਥੇ ਹੋਵੇਗੀ ਹਾਂਜੀ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਰੱਖਿਆ ਮੰਤਰੀਆਂ ਦੀ ਮੀਟਿੰਗ ਤਾਸ਼ਕੰਤ ਦੇ ਵਿੱਚ ਹੋਵੇਗੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਵੈਸੇ ਤਾਈ ਮੀਟਿੰਗ 24 ਅਗਸਤ ਨੂੰ ਹੋ ਚੁੱਕੀ ਆ ਠੀਕ ਹੈ ਤੇਸ ਦੇ ਵਿੱਚ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਵੀ ਪਾਰਟਿਸਪੇਟ ਕੀਤਾ ਨੈਕਸਟ ਕੁਐਸ਼ਨ ਭਾਰਤ ਦੁਆਰਾ ਹਾਲ ਹੀ ਵਿੱਚ ਯੂਨੈਸਕੋ ਦੀ ਸੂਚੀ ਵਿੱਚ ਕਿਹੜਾ ਨਾਚ ਸ਼ਾਮਿਲ ਕੀਤਾ ਗਿਆ ਹੈ ਹਾਂਜੀ ਯੂਨੈਸਕੋ ਦੀ ਸੂਚੀ ਦੇ ਵਿੱਚ ਭਾਰਤ ਦਾ ਗਰਬਾ ਨਾਸਾ ਜਿਹੜਾ ਭਾਰਤ ਦੁਆਰਾ ਇਹ ਸ਼ਾਮਿਲ ਕੀਤਾ ਗਿਆ ਹੈ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਗਰਬਾ ਹੁਣ ਯੂਨੈਸਕੋ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਾਨਕਿ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਕਦੋਂ ਹੋਈ ਸੀ 1945 ਦੇ ਵਿੱਚ ਇਸ ਦਾ ਹੈੱਡਕੁਆਟਰ ਆ ਪੈਰਿਸ ਦੇ ਵਿੱਚ ਐਟ ਪ੍ਰੈਜ਼ੈਂਟ ਇਜ਼ ਦੇ ਹੈੱਡਕੌਨ ਨੇ ਆਡਰੇ ਅਜ਼ੋਲੇ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਿਲਕ ਮਾਰਕ ਐਕਸਪੋ ਦਾ ਉਦਘਾਟਨ ਕਿੱਥੇ ਕੀਤਾ ਗਿਆ ਹੈ ਹਾਂਜੀ ਸਿਲਕ ਮਾਰਕ ਐਕਸਪੋ ਦਾ ਉਦਘਾਟਨ ਕੀਤਾ ਗਿਆ ਹੈ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਨੇ ਹਾਲ ਕਿਸ ਨੇ ਹਾਲ ਹੀ ਵਿੱਚ ਇਲਸਟ੍ਰੇਟਿਡ ਰਿਪੋਰਟਿੰਗ ਦੇ ਵਿੱਚ 2022 ਦੇ ਵਿੱਚ ਪੁਲਿਟਿਜ਼ਰ ਪੁਰਸਕਾਰ ਜਿੱਤਿਆ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਫਹਿਮਿਦਾ ਆਜ਼ਮ ਆਪਸ਼ਨ ਨੰਬਰ ਬੀ ਇਸ ザ राइट आंसर ਇਹ ਅਮਰੀਕਾ ਦੀ ਇਨਸਾਈਡਰ ਆਨਲਾਈਨ ਪੱਤਰਕਾਰ ਦੇ ਲਈ ਕੰਮ ਕਰਨ ਵਾਲੀ ਫਹਿਮੀ ਦਾ ਅਜ਼ੀਮਾ ਠੀਕ ਹੈ ਤੇ ਇਹਨਾਂ ਨੇ ਹੀ ਇਲਸਟ੍ਰੇਟਿਡ ਰਿਪੋਰਟਿੰਗ ਦੇ ਵਿੱਚ 2022 ਦਾ ਪੁਲਿਟਜ਼ਰ ਪੁਰਸਕਾਰ ਜਿੱਤਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ 올ੰਪੀਅਡ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਰੀਸੈਂਟਲੀ ਅੰਤਰਰਾਸ਼ਟਰੀ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ 올ਿਮਪੀਅਡ ਦੇ ਵਿੱਚ ਸਿਖਰ ਤੇ ਕੌਣ ਰਿਹਾ ਇਹ 14 ਅਗਸਤ ਤੋਂ ਲੈ ਕੇ 21 ਅਗਸਤ ਤੱਕ ਹੋਈ ਸੀ ਇਹ ਤੁਸੀਂ ਯਾਦ ਰੱਖਣਾ ਅੰਤਰਰਾਸ਼ਟਰੀ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ 14 ਅਗਸਤ ਤੋਂ 21 ਅਗਸਤ ਤੱਕ ਹੋਈ ਸੀ ਤੇ ਇਸ ਦੇ ਵਿੱਚ ਟੌਪ ਤੇ ਰਿਹਾ ਈਰਾਨ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਤੇ ਹੋਈ ਕਿੱਥੇ ਸੀਗੇ ਯੂਰੀਜ਼ਾ ਦੇ ਕੋਟੇਸ਼ੀਆ ਦੇ ਵਿੱਚ ਹੋਈ ਸੀ ਠੀਕ ਹੈ ਤੇ ਇੰਡੀਆ ਐਸ ਦੇ ਵਿੱਚ 3rd ਨੰਬਰ ਤੇ ਆਇਆ ਇਹ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕੀਤੀ ਹੈ ਈਰਾਨ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਈਰਾਨ ਈਰਾਨ ਦੀ ਕੈਪੀਟਲ ਕੀ ਹੈ ਤਹਿਰਾਨ ਇੱਥੋਂ ਦੀ ਕਰੰਸੀ ਹੈ ਈਰਾਨੀ ਰਿਆਲ ਇੱਥੋਂ ਦੇ ਪ੍ਰੈਜ਼ੀਡੈਂਟ ਹੈ ਇਬਰਾਹਿਮ ਰਿਹਸ਼ ਨੈਕਸਟ ਕੁਐਸਚਨ हाल ही ਵਿੱਚ ਕਿਸ ਰਾਜ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਕਰਨ ਲਈ ਭਾਰਤ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ 96.3 ਮਿਲੀਅਨ ਡਾਲਰ ਦੇ ਕਰਜ਼ੇ ਤੇ ਦਸਖਤ ਕੀਤੇ ਹਨ ਹਾਂਜੀ ਰੀਸੈਂਟਲੀ ਹਿਮਾਚਲ ਪ੍ਰਦੇਸ਼ ਦੀ ਸਪਲਾਈ ਦੇ ਵਿੱਚ ਸੁਧਾਰ ਕਰਨ ਦੇ ਲਈ ਪਾਣੀ ਦੀ ਸਪਲਾਈ ਦੇ ਵਿੱਚ ਸੁਧਾਰ ਕਰਨ ਦੇ ਲਈ ਭਾਰਤ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ 99.3 ਮਿਲੀਅਨ ਡਾਲਰ ਦੇ ਕਰਜ਼ੇ ਤੇ ਦਸਖਤ ਕੀਤੇ ਆਪਸ਼ਨ ਨੰਬਰ ਸੀਐਸ ਕੁਐਸ਼ਨ ਦਾ ਰਾਈਟ ਆਨਸਰ ਹੈ ਹਿਮਾਚਲ ਪ੍ਰਦੇਸ਼ ਠੀਕ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਣੀ ਦੀ ਸਪਲਾਈ ਦੇ ਵਿੱਚ ਸੁਧਾਰ ਕਰਨ ਦੇ ਲਈ ਭਾਰਤ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ ਸਮਝੌਤਾ ਕੀਤਾ ਵਾ ਠੀਕ ਹੈ ਹੁਣ ਏਸ਼ੀਅਨ ਡਿਵੈਲਪਮੈਂਟ ਬੈਂਕ ਜਾਨੀ ਕਿ ਇਸ ਦੀ ਸਥਾਪਨਾ ਕਦੋਂ ਹੋਈ ਸੀ 1966 ਦੇ ਵਿੱਚ ਇਸ ਦਾ ਹੈੱਡਕੁਆਟਰ ਫਿਲੀਪਿਨਸ ਦੇ ਵਿੱਚ ਤੇ ਐਡ ਪ੍ਰੈਜ਼ੈਂਟ ਇਸ ਦੇ ਪ੍ਰੈਜ਼ੀਡੈਂਟ ਕੌਣ ਨੇ ਮਤਸਕਾ ਸੁਕੂ ਅਪਸਵਾ ਹੁਣ ਅਸੀਂ ਗੱਲ ਕਰ ਰਹੇ ਸੀ ਹਿਮਾਚਲ ਪ੍ਰਦੇਸ਼ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਹੈ Shimla ਇੱਥੋਂ ਦੇ ਚੀਫ ਮਿਨਿਸਟਰ ਜੈਰਾਮ ਠਾਕੁਰ ਇੱਥੋਂ ਦੀ ਵਿంటర్ ਕੈਪੀਟਲ ਕਿਹੜੀ ਹੈ ਧਰਮਸ਼ਾਲਾ ਠੀਕ ਹੈ ਤੇ ਇੱਥੋਂ ਦੇ ਗਵਰਨਰ ਆ ਰਜਿੰਦਰ ਅਰਲੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆ نیشنل ਪਾਰਕ ਆ ਪਿੰਨ ਵੈਲੀ نیشنل ਪਾਰਕ ਆ ਥੀਰ ਗੰਗਾ نیشنل ਪਾਰਕ ਆ ਸੇਵਦੇਵ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਹਿਮਾਚਲ ਪ੍ਰਦੇਸ਼ 2020 ਦਾ ਇਹ ਪੰਚਾਇਤ ਪੁਰਸਕਾਰ ਹਿਮਾਚਲ ਪ੍ਰਦੇਸ਼ ਨੇ ਜਿੱਤਿਆ 2021 ਦਾ ਇਹ ਪੰਚਾਇਤ ਪੁਰਸਕਾਰ ਉੱਤਰ ਪ੍ਰਦੇਸ਼ ਨੇ ਜਿੱਤਿਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ 20 ਦਾ ਹਿਮਾਚਲ ਪ੍ਰਦੇਸ਼ ਨੇ 21 ਦਾ ਉੱਤਰ ਪ੍ਰਦੇਸ਼ ਨੇ ਨੌਵੀਂ ਮੈਲਾ ਰਾਸ਼ਟਰੀ ਆਈਸ ਹਾਕੀ ਚੈਂਪੀਅਨਸ਼ਿਪ 2022 ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਖਜ਼ਿਆਰ ਝੀਲ ਹਿਮਾਚਲ ਪ੍ਰਦੇਸ਼ ਦੇ ਵਿੱਚ ਧਰਮ ਦੀ ਆਜ਼ਾਦੀ ਵਿੱਲ 2022 ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਸ ਹੋਇਆ ਮਿੰਜ਼ਾਰ ਮੇਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਇਆ ਗਿਆ ਭਾਰਤ ਤੇ ਅਮਰੀਕਾ ਦੇ ਵਿੱਚ ਇੱਕ ਡਿਫੈਂਸ ਐਕਸਰਸਾਈਜ਼ ਹੁੰਦੀ ਆ ਵਜਰਾ ਪ੍ਰਹਾਰ ਤੇ ਇਸ ਬਾਰੇ ਹਿਮਾਚਲ ਪ੍ਰਦੇਸ਼ ਦੇ ਬਕਲਾਓ ਦੇ ਵਿੱਚ ਸ਼ੁਰੂ ਹੋਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਬੈਗ ਸਕੀਮ ਸ਼ੁਰੂ ਕੀਤੀ ਠੀਕ ਹੈ ਸਿੰਗਲ ਯੂਜ਼ ਪਲਾਸਟਿਕ ਬੈਗ ਵੈਂਕਸ ਸਕੀਮ ਸ਼ੁਰੂ ਕੀਤੀ ਆ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਨਾਰੀ ਕੋ ਨਮਨ ਯੋਜਨਾ ਸ਼ੁਰੂ ਕੀਤੀ ਗਈ NHPC ਨੇ ਹਿਮਾਚਲ ਪ੍ਰਦੇਸ਼ ਵਿੱਚ ਗ੍ਰੀਨ ਹਾਈਡਰੋਜਨ ਪ੍ਰੋਜੈਕਟ ਵਿਕਸਿਤ ਕੀਤਾ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਪਹਿਲਾ ਜੈਬ ਭਿੰਤਾ ਪਾਰਕ ਬਣਿਆ 9ਵੀਂ ਮੈਲਾ ਰਾਸ਼ਟਰੀ ਆਈਸੋ ਆਫ ਕੀ ਚੈਂਪੀਅਨਸ਼ਿਪ 2022 ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਨੈਕਸਟ ਕੁਐਸ਼ਨ ਭਾਰਤ ਨੇ ਹਾਲ ਹੀ ਵਿੱਚ ਸਮੁੰਦਰੀ ਜਹਾਜ਼ਾਂ ਦੇ ਸੁਚਾਰੂ ਆਵਾਜਾਈ ਲਈ ਕਿਸ ਦੇਸ਼ ਨਾਲ ਸਮਝੌਤਾ ਕੀਤਾ ਹੈ ਹਾਂਜੀ ਭਾਰਤ ਨੇ ਸਮੁੰਦਰੀ ਜਹਾਜ਼ਾਂ ਦੀ ਸੁਚਾਰੂ ਆਵਾਜਾਈ ਦੇ ਲਈ ਈਰਾਨ ਦੇਸ਼ ਦੇ ਨਾਲ ਸਮਝੌਤਾ ਕੀਤਾ অপশন নাম্বার বি ਇਸ কোয়েশন ਦਾ রাইট ਆਂਸਰ ਹੈ नेक्स्ट কোয়েশন ਹਾਲ ਹੀ ਵਿੱਚ ਸੁਰੱਖਿਆ ਬਲ ਦੇ ਇਨਸਪੈਕਟਰ ਜਨਰਲ ਵਜੋਂ ਕਿਸ ਨੂੰ ਅਪாயint ਕੀਤਾ ਗਿਆ ਹੈ ਹਾਂਜੀ ਸੁਰੱਖਿਆ ਬਲ ਦੇ ਇਨਸਪੈਕਟਰ ਜਨਰਲ ਵਜੋਂ ਅਪாயint ਕੀਤਾ ਗਿਆ ਪਰਵੀਨ ਸ਼ਾਬੜਾ ਨੂੰ অপশন ਨੰਬਰ ਸੀ ਇਸ ਦਾ রাইট ਆਂਸਰ ਤੇ ਰਕੇਸ਼ ਵਰਮਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਕੱਤਰ ਨਿਯੁਕਤ ਕੀਤਾ ਗਿਆ বাজাজ ਇਲੈਕਟ੍ਰੀਕਲਸ ਨੇ ਅਨੁਜ ਉਦਰ ਨੂੰ ਐਮ ਡੀ ਅਤੇ ਸੀਈਓ ਪਜੋਂ ਅਪਾਇੰਟ ਕੀਤਾ ਅਲਕੇਸ਼ ਸ਼ਰਮਾ ਨੂੰ ਸੰਯੁਕਤ ਰਾਸ਼ਟਰ ਦੇ ਉੱਚ ਪਦਰੀ ਇੰਟਰਨੈਟ ਪੈਨਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਭਾਰਤੀ ਐਟਲ ਨੇ ਗੋਪਾਲ ਵਿੱਟਲ ਨੂੰ ਵਿੱਠਲ ਗੋਪਾਲ ਵਿੱਠਲ ਆ ਠੀਕ ਹੈ ਗੋਪਾਲ ਵਿੱਠਲ ਨੂੰ ਮੈਨੇਜਿੰਗ ਡਾਇਰੈਕਟਰ ਅਪਾਇੰਟ ਕੀਤਾ ਨੈਕਸਟ ਕੁਐਸ਼ਨ ਕਿਸ ਦੇ ਇਸ ਦੀ ਫੋਰਸ ਨੇ ਹਾਲ ਹੀ ਵਿੱਚ ਕਰਨਲ ਅਬਦ올ੀਏ ਮਾਈਗਾ ਨੂੰ ਆਪਣਾ ਅੰਤਰੀਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹਾਂਜੀ ਰੀਸੈਂਟਲੀ ਮਾਲੀ ਦੇਸ਼ ਦੀ ਫੌਜ ਨੇ ਕਰਨਲ ਅਬਦ올ੀਏ ਨੂੰ ਮਾਈਗਾ ਵਿੱਚ ਸੌਰੀ ਨਾਮ ਯਾਦ ਰੱਖਣਾ ਪੂਰਾ ਨਾਮ ਹੀ ਇਹਨਾਂ ਦਾ ਕਰਨਲ ਅਬਦ올ੀਏ ਮਾਈਗਾ ਠੀਕ ਹੈ ਇਹਨਾਂ ਨੂੰ ਅੰਤਰੀਮ ਪ੍ਰਧਾਨ ਮੰਤਰੀ ਅਪਾਇੰਟ ਕੀਤਾ ਮਾਲੀ ਦੇਸ਼ ਨੇ ਹੁਣ ਮਾਲੀ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਾਲੀ ਮਾਲੀ ਦੀ ਕੈਪੀਟਲ ਕੀ ਹੈ ਬੁਮਾਕੂ ਇਥੋਂ ਦੀ ਕਰੰਸੀ ਕੀ ਹੈ ਵੈਸਟ ਅਫਰੀਕਨ ਫ੍ਰੈਂਕ ਇਥੋਂ ਦੇ ਪ੍ਰੈਜ਼ੀਡੈਂਟ ਤਾਂ ਇਹੀ ਬਣ ਗਏ ਨੇ ਕਰਨਲ ਅਬਦੁੱਲੇ ਮਾਈਗਾ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ